ਸਭਾ ਹਲਕਾ ਪੱਟੀ ਦੇ ਨਜ਼ਦੀਕੀ ਪਿੰਡ ਜਿਹੜੇ ਕਿ ਲੋਕ ਜਾਗਰੂਕ ਹੋ ਚੁੱਕੇ ਹਨ ਕਿ ਨੋਵਲ ਕੋਰੋਨਾ ਵਾਇਰਸ ਦਾ ਖਤਰਾ ਬਹੁਤ ਜ਼ਿਆਦਾ ਹੈ। ਖਤਰੇ ਨੂੰ ਦੇਖਦੇ ਹੋਇਆਂ ਹੀ ਪਿੰਡ ਪਿੰਡ ਜਿਹੜੇ ਆ ਉਹ ਆਪਣੇ ਹੀ ਪੱਧਰ 'ਤੇ ਉਹ ਲਾਗੇ ਨੇ ਅਤੇ ਪਿੰਡ ਨੂੰ ਸੀਲ ਕੀਤਾ ਗਿਆ ਹੈ। ਸੀਲ ਵੀ ਕਿਸ ਤਰ੍ਹਾਂ ਕਿ ਨਾਕੇਬੰਦੀ, ਜਿਸ ਤਰ੍ਹਾਂ ਕਿ ਪੰਜਾਬ ਪੁਲਿਸ ਨਾਕੇ ਲਗਾਉਂਦੀ ਹੈ ਕਿ ਨਾਕਾ ਤੋਂ ਕੋਈ ਵੀ ਗੱਡੀ ਆਉਣੀ ਜਾਣੀ ਉਹਨਾਂ ਦੀ ਚੈੱਕ ਕੀਤਾ ਜਾਵੇ, ਕਿਉਂਕਿ ਨੋਵਲ ਕੋਰੋਨਾ ਵਾਇਰਸ ਦਾ ਖਤਰਾ ਹੁਣ ਜ਼ਿਆਦਾ ਹੈ। ਖਤਰੇ ਨੂੰ ਦੇਖਦੇ ਹੋਏ ਪਿੰਡ ਦੇ ਲੋਕ ਜਿਹੜੇ ਆ ਉਹ ਜਾਗਰੂਕ ਹੋ ਗਏ ਨੇ। ਅਸੀਂ ਗੱਲਬਾਤ ਕਰਾਂਗੇ ਹਰਜਿੰਦਰ ਸਿੰਘ ਜੀ ਨਾਲ। ਇਹ ਹਰਜਿੰਦਰ ਸਿੰਘ ਜੀ, ਜੋ ਤੁਸੀਂ ਆਪਣੇ ਪਿੰਡ ਦੀ ਪਹਿਲਕਦਮ ਕੀਤੀ ਹੈ ਕਿ ਪਿੰਡ ਨੂੰ ਸਾਰੇ ਪਾਸੇ ਇੱਕ ਨਾਕੇ ਲਗਾਤੇ ਨੇ, ਇੱਕ ਦੋ ਤਿੰਨ ਨਾਕੇ, ਅਤੇ ਇਹ ਕੀ ਉਹ ਨਾਕੇ ਲਗਾਏ ਗਏ ਅਤੇ ਕੀ ਕਹਿਣਾ ਚਾਹੁੰਦੇ ਨੇ ਵਾਸਤੇ? ਇਹ ਨਾਕੇ ਅਸੀਂ ਪਿੰਡ ਨੂੰ ਜਿਹੜਾ ਕੱਲ੍ਹ 5 ਅਪ੍ਰੈਲ ਸੀ, ਕੱਲ੍ਹ ਤੋਂ ਅਸੀਂ ਜਿਹੜਾ ਪਿੰਡ ਸਾਰੇ ਨੂੰ ਸਵੇਰ ਤੋਂ 7 ਵਜੇ ਤੋਂ ਖੁਦ ਮੈਂ ਨਾਕੇ 'ਤੇ ਬੈਠਾ ਰਿਹਾ, ਇੱਕ ਬੰਨੇ ਸਾਡੇ ਸਰਦਾਰ ਸੰਤੋਖ ਸਿੰਘ ਹੋਣੀ, ਇੱਕ ਪਾਸੇ ਮੈਂ, ਅਸੀਂ ਸਾਰਾ ਪਿੰਡ ਹੀ ਲੋਕਡਾਊਨ ਕੱਲ੍ਹ ਦਾ ਕਰਤਾ ਜੀ। ਨਾ ਕਿਸੇ ਨੂੰ ਅਸੀਂ ਬਾਹਰ ਜਾਣ ਦੇਣਾ ਆਪਣੇ ਪਿੰਡ ਦੇ ਨੂੰ, ਨਾ ਕੋਈ ਕਿਸੇ ਨੂੰ ਆਉਣ ਦੇਣਾ ਜੀ। ਹਾਲਾਂਕਿ ਜੇ ਕੋਈ ਕਿਸੇ ਦਾ ਰਿਸ਼ਤੇਦਾਰ ਮਿਲਣਾ ਆ ਦੂਰੋਂ ਮਿਲਾ ਦੇਈਦਾ ਦੀ ਨਾਕੇ ਦੇ, ਉਹਨੂੰ ਵਾਪਸ ਮੋੜ ਦੇਈਦਾ ਜੀ। ਇਹ ਜਿਹੜੀ ਬਿਮਾਰੀ ਹੈ ਨਾ ਜੀ, ਕਰੋਨਾ ਵਾਇਰਸ ਬਹੁਤ ਭਿਆਨਕ ਬਿਮਾਰੀ ਹੈ, ਮਹਾਂਮਾਰੀ ਬਿਮਾਰੀ ਆ। ਅਸੀਂ ਚਾਹੁੰਦੇ ਅਸੀਂ ਜ਼ਿਆਦਾ ਨਹੀਂ ਤਾਂ ਕਮ ਸੇ ਕਮ ਆਪਣਾ ਪਿੰਡ 'ਤੇ ਬਚਾ ਲਈਏ ਜੀ। ਅਸੀਂ ਇਸ ਕਰਕੇ ਆਪਦੇ ਪਿੰਡ ਦੇ ਚੰਬਲ ਦੇ ਸਾਰੇ ਨਗਰ ਨਿਵਾਸੀਆਂ ਨੂੰ ਪਹਿਲਾਂ ਘਰ ਘਰ ਜਾ ਕੇ ਬੇਨਤੀ ਕੀਤੀ ਸਾਰਿਆਂ ਨੂੰ ਵੀ ਆਪਾਂ ਆਪਣਾ ਪਿੰਡ ਬਚਾ ਲਈਏ। ਚਲੋ ਸਾਨੂੰ ਸਾਰਾ ਨਗਰ ਬਹੁਤ, ਪੰਚਾਇਤ ਨੂੰ ਬਹੁਤ ਸਹਿਯੋਗ ਦੇ ਰਿਹਾ। ਅਸੀਂ ਰਲ ਕੇ ਪੰਚਾਇਤ, ਗੁਰਦੁਆਰਾ ਕਮੇਟੀ, ਪੰਚਾਇਤ ਅੱਧੀ ਪੰਚਾਇਤ ਵੀ ਸਾਡੀ ਗੁਰਦੁਆਰਾ ਕਮੇਟੀ ਦੇ ਮੈਂਬਰ ਹੈਗੇ ਨਾਲ ਜੀ, ਅਤੇ ਸਾਰਾ ਅਸੀਂ ਬਹੁਤ ਵਧੀਆ ਉਪਰਾਲਾ ਕਰਨ ਡਏ ਹਾਂ। ਅਸੀਂ ਚਾਹੁੰਦੇ ਹਾਂ ਵੀ ਹਰ ਪਿੰਡ ਦੇ ਵਿੱਚ ਇਹੋ ਜਿਹਾ ਉਪਰਾਲਾ ਹੋਣਾ ਚਾਹੀਦਾ, ਜਿਹੜੇ ਮੋਹਤਬਾਰ ਆ, ਜਿੰਨੇ ਸਰਪੰਚ ਮੈਂਬਰ ਸਾਰੇ ਰੋਡ ਦੇ ਉੱਤੇ ਆਣ ਕੇ ਨਾਕੇ ਲਾਉਣ, ਕਿਉਂਕਿ ਫਿਰ ਹੀ ਆਪਾਂ ਨੂੰ ਮੋਹਤਬਾਰੀ ਦਾ ਫਾਇਦਾ। ਜੇ ਪਰਮੇਸ਼ਰ ਨੇ ਮੋਹਤਬਾਰੀ ਦਿੱਤੀ ਆ ਤਾਂ ਆਪਾਂ ਅੱਗੇ ਹੋ ਕੇ ਪਹਿਲ ਨਾ ਕਰਾਂਗੇ ਤਾਂ ਫਾਇਦਾ ਕੀ ਆ? ਅਤੇ ਸਾਰਿਆਂ ਨੂੰ ਮੈਂ ਤਾਂ ਸੁਝਾਅ ਦਿੰਦਾ ਵੀ ਸਿਆਣੇ ਬੰਦੇ ਨਾਕੇ ਲਾਉਣੇ, ਮੁੰਡਿਆਂ ਨੂੰ ਨਾਕਿਆਂ 'ਤੇ ਨਾ ਜ਼ਿਆਦਾ ਬਿਠਾਉਣ, ਵੀ ਐਵੇਂ ਮੁੰਡੇ ਤੁਹਾਨੂੰ ਪਤਾ ਅੱਜ ਕੱਲ੍ਹ ਆਖੇ ਨਹੀਂ ਲੱਗਦੇ, ਕੋਈ ਕਿਸੇ ਮੁੰਡਿਆਂ ਨਾਲ ਜੁੰਡਲੀਆਂ ਬਣਾ ਕੇ ਤੁਰੇ ਫਿਰਦੇ, ਚਾਰ ਇੱਧਰ ਚਾਰ ਉੱਧਰ। ਸਿਆਣੇ ਬੰਦਿਆਂ ਨੂੰ ਜਿਹੜਾ ਅੱਗੇ ਆਉਣਾ ਚਾਹੀਦਾ, ਇਹ ਕੰਮ ਲਈ ਪਹਿਲਕਦਮੀ ਕਰਨੀ ਚਾਹੀਦੀ ਆ, ਕਿਉਂਕਿ ਇਹ ਬਹੁਤ ਭਿਆਨਕ ਬਿਮਾਰੀ ਆ ਅਤੇ ਇਹਦੇ ਤੋਂ ਜਿਹੜਾ ਵਾ ਛੁਟਕਾਰਾ ਹੋ ਸਕੇ। ਕਿਉਂਕਿ ਸਰਕਾਰਾਂ ਵੇਖੋ, ਮੋਦੀ ਸਾਹਿਬ ਵੀ ਕਿੰਨਾ ਜ਼ੋਰ ਲਾ ਰਿਹਾ, ਕੈਪਟਨ ਸਾਹਿਬ ਵੀ ਲਾ ਰਹੇ ਆ, ਸਾਰੇ ਜ਼ੋਰ ਲਾ ਰਹੇ, ਅਕਾਲੀ ਦਲ ਵੀ, ਆਮ ਆਦਮੀ ਪਾਰਟੀ ਵਾਲੇ ਵੀ, ਕੋਈ ਨਹੀਂ ਚਾਹੁੰਦਾ ਵੀ ਇਹ ਬਿਮਾਰੀ ਫੈਲੇ ਜੀ। ਪਰ ਇੱਕ ਚੀਜ਼ ਦੇਖਣ ਨੂੰ ਮਿਲਦੀ ਕਿ ਅਸੀਂ ਅਕਸਰ ਜੋ ਕਿ ਪਿੰਡ ਵਾਲੇ ਕੋਈ ਮੁੰਡੇ ਖੇਡਦੇ ਨੇ, ਫੁੱਟਬਾਲ ਖੇਡਦੇ ਨੇ, ਬੈਟਬਾਲ ਸ਼ਾਮ ਨੂੰ ਖੇਡਦੇ ਨੇ, ਆਪਣੇ ਪਿੰਡ 'ਚ ਅਸੀਂ ਕੋਈ ਚੀਜ਼ ਲਾਉਟ ਹੈਗੀ? ਨਾ ਜੀ, ਨਾ ਅਸੀਂ ਕੁਝ ਨਹੀਂ, ਅਸੀਂ ਸਾਰਾ ਕੁਝ ਜਾਮ ਕੀਤਾ ਜੀ। ਨਾ ਕੋਈ ਫੁੱਟਬਾਲ ਖੇਡੇ, ਨਾ ਤਾਸ਼ ਖੇਡੇ ਜੀ, ਨਾ ਅਸੀਂ ਚਾਰ ਬੰਦੇ ਕਿਤੇ ਖਲੋ ਨਹੀਂ ਦਿੰਦੇ, ਕੋਈ ਇੱਕ ਅੱਧਾ ਕੋਈ ਆਪਦੇ ਗੇਟ ਗਾੜੀ ਕਿਤੇ ਆ ਗਿਆ, ਅਸੀਂ ਆਪ ਖਿਆਲ ਰੱਖਦੇ ਜੀ। ਮੋਟਰਸਾਈਕਲਾਂ ਅਤੇ ਗੱਡੀਆਂ 'ਤੇ ਅਸੀਂ ਚੱਕਰ ਮਾਰਦੇ ਹਾਂ ਨਾਲ ਇੱਕ ਦੋ ਬੰਦੇ ਜੀ, ਵੀ ਪਿੰਡ ਨੂੰ ਘਰ ਲੋਕਾਂ ਨੂੰ ਘਰ 'ਚ ਰੱਖਦੇ ਹਾਂ ਜੀ। ਆਪਣੇ ਪਿੰਡ ਦੇ ਵਿੱਚ ਲੰਗਰ ਦੀ ਵਿਵਸਥਾ ਕਿਸ ਤਰ੍ਹਾਂ? ਲੰਗਰ ਬਹੁਤ ਹੈ ਜੀ ਸਾਡੇ ਪਿੰਡ ਗੁਰਦੁਆਰਾ ਸਾਹਿਬ, ਅਸੀਂ ਲੰਗਰ ਚਲਾਇਆ ਸੀਗਾ, ਫਿਰ ਇੱਕ ਉਹ ਐਸੀ ਗੁਰਦੁਆਰਾ ਧਰਮਸ਼ਾਲਾ ਜੀ, ਉੱਧਰਲੇ ਬੰਨੇ ਵੀ ਅਜੇ ਲੰਗਰ ਚੱਲੀ ਜਾਂਦਾ ਜੀ। ਫਿਰ ਅਸੀਂ ਉਸ ਲੰਗਰ 'ਚ ਵੀ ਜਿਹੜਾ ਵਾ ਪਿੰਡ ਦੇ ਬਹੁਤ ਸਹਿਯੋਗ ਕਰ ਰਹੇ ਆ, ਜਿਹੜੇ 2-4 ਬੀਬੀਆਂ ਹੀ ਆ ਲੰਗਰ ਪਕਾ ਰਹੀਆਂ, ਅਤੇ ਬਾਕੀ ਅਸੀਂ ਜਿਹੜਾ ਸੁੱਕਾ ਰਾਸ਼ਨ, ਖੰਡ, ਚਾਹ, 5-5 ਕਿਲੋ ਖੰਡ, ਚਾਹ, ਜਿਹੜੀ ਦਾਲ 2-2 ਕਿਲੋ, ਸਾਰਾ ਰਾਸ਼ਨ ਪਾ ਕੇ, ਸਾਬਣ, ਤੇਲ ਮਿਲਾ, ਅਸੀਂ ਸਾਰਾ 10 ਕਿਲੋ ਦੀ ਪੈਕਿੰਗ ਕਰਕੇ ਤਕਰੀਬਨ 90-95 ਘਰਾਂ ਦੇ ਵਿੱਚ, ਗਰੀਬ ਆਦਮੀ ਜਿਹੜੇ ਲੋੜਵੰਦ ਪਰਿਵਾਰ ਆ, ਸਾਰਿਆਂ ਦੇ ਘਰ ਘਰ ਪੈਕਿੰਗ ਕਰਕੇ ਰਾਸ਼ਨ ਦੇ ਦਿੱਤਾ, ਜਿਹੜਾ ਕਿ ਉਹਨਾਂ ਨੂੰ 10-15-20 ਦਿਨ ਲੋੜ ਹੀ ਨਾ ਪਵੇ ਜੀ। ਸੋ ਤੁਸੀਂ ਦੇਖ ਸਕਦੇ ਜੋ ਕਿ ਪੁਲਿਸ, ਪੰਜਾਬ ਪੁਲਿਸ ਨਾਕੇ ਲਗਾਉਂਦੀ ਹੈ, ਮੋਟਰਸਾਈਕਲ ਅਤੇ ਕਾਰਾਂ ਚੈੱਕ ਕਰਦੀਆਂ ਨੇ, ਕੀਤੀਆਂ ਜਾਂਦੀਆਂ ਨੇ। ਅੱਜ ਜੋ ਜਵੰਦਾ ਕਲਾ ਦੇ ਵਿੱਚੋਂ ਜੋ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਕਿ ਆਪਣੇ ਕੰਮ ਜਾ ਰਹੇ ਨੇ, ਉਹਨਾਂ ਨੇ ਵੀ ਇਸ ਚੀਜ਼ ਦੀ ਖੁਸ਼ੀ ਮਨਾਈ ਹੈ ਕਿ ਬਹੁਤ ਵਧੀਆ ਪਿੰਡ ਜਿਹੜਾ ਜਾਗਰੂਕ ਹੋਇਆ ਵਾ, ਅਤੇ ਉਸ ਦੇ ਨਾਲ ਜਿਹੜਾ ਵਾ ਕਿ ਇਹਨਾਂ ਨੂੰ ਸਹਿਯੋਗ ਮਿਲ ਗਿਆ ਵਾ ਕਿ ਥਾਂ ਥਾਂ 'ਤੇ ਪੁਲਿਸ ਨਾਕੇ 'ਤੇ ਨਹੀਂ ਲਗਾ ਸਕਦੀ, ਪਰ ਜਿਹੜਾ ਇਹਨਾਂ ਨੇ ਸਹਿਯੋਗ ਵੀ ਦਿੱਤਾ, ਨਾਮ ਵੀ ਲਿਖਾਇਆ, ਨੰਬਰ ਨੋਟ ਕਰਾਇਆ। ਸਰ ਕੀ ਕਹਿਣਾ ਚਾਹੁੰਦੇ ਜੋ ਕਿ ਜੋ ਤੁਹਾਡੇ ਇਹ ਪਤਾ ਲੱਗਾ ਕਿ ਤੁਸੀਂ ਲੰਘਣ ਦੇ ਜੋ ਅਤੇ ਤੁਹਾਡੇ ਕੋਲ ਨਾਮ ਪੁੱਛਿਆ ਅਤੇ ਤੁਹਾਡੀ ਗੱਡੀ ਨੰਬਰ ਨੋਟ ਕੀਤਾ, ਕਿਉਂਕਿ ਕਰੋਨਾ ਵਾਇਰਸ ਦਾ ਖਤਰਾ ਬੜਾ ਵਾ, ਕੀ ਕਹਿਣਾ ਚਾਹੁੰਦੇ ਜਿਹੜਾ ਇਹਨਾਂ ਨੇ ਇੱਥੇ ਨਾਕਾਬੰਦੀ ਕੀਤੀ? ਨਹੀਂ ਨਹੀਂ ਇਹ ਜੀ ਬਹੁਤ ਵਧੀਆ ਉਪਰਾਲਾ ਪਿੰਡ ਨੂੰ, ਮੇਰਾ ਪਿੰਡ ਇਹੀ ਹੈ ਨਗਰ ਜਵੰਦਾ ਕਲਾਂ ਜੀ, ਅਤੇ ਮੈਂ ਹੁਣ ਡਿਊਟੀ 'ਤੇ ਚੱਲਿਆ, ਜੋਬ 'ਤੇ ਚੱਲਿਆ ਹਾਂ, ਅਤੇ ਇਹਨਾਂ ਨੇ ਮੈਨੂੰ ਡੱਕ ਕੇ ਪੁੱਛਿਆ, ਬਹੁਤ ਵਧੀਆ ਉਪਰਾਲਾ ਇਹਨਾਂ ਦਾ, ਅਤੇ ਬਾਕੀ ਪਿੰਡ ਦੀ ਇਹ ਸਹੀ ਸਲਾਮਤ ਵਾਸਤੇ ਵਧੀਆ ਕਰ ਰਹੇ ਆ ਜੀ, ਕਿਉਂਕਿ ਕਰੋਨਾ ਵਾਇਰਸ ਦਾ ਖਤਰਾ ਬੜਾ ਨਾ। ਹਾਂਜੀ ਹਾਂਜੀ, ਚਲੋ ਇਹ ਆ ਵੀ ਇਹਨਾਂ ਦਾ ਨਾਕਾ ਲਾਉਂਦਾ ਇਸ ਸੰਬੰਧ, ਵੀ ਪਿੰਡੋਂ ਕੋਈ ਵੀ, ਜੇ ਕੋਈ ਵੀ ਬਾਹਰੋਂ ਕੋਈ ਵਿਅਕਤੀ ਆਉਂਦਾ ਉਹਦੀ ਪੁੱਛ ਪੜਤਾਲ ਕਰਕੇ ਵੀ ਕਿੱਧਰ ਨੂੰ ਜਾ ਰਿਹਾ, ਕਿੱਧਰੋਂ ਆ ਰਿਹਾ, ਵੀ ਕੋਈ ਪਿੰਡ 'ਚ ਓਪਰਾ ਬੰਦਾ ਨਾ ਕੇ ਰਹੇ ਵੀ। ਹਾਂਜੀ, ਖਤਰਾ ਕਿਸ ਚੀਜ਼ ਦਾ ਪੰਜਾਬ ਦੇ ਵਿੱਚ, ਹਿੰਦੁਸਤਾਨ 'ਚ? ਇਹ ਆਪਣੇ ਹੈਗਾ ਜੀ ਕਰੋਨਾ ਵਾਇਰਸ ਜਿਹਦੀ ਬਿਮਾਰੀ ਚੱਲੀ ਆ, ਸਾਰੇ ਵਿਸ਼ਵ 'ਚ ਹੀ ਚੱਲ ਰਹੀ ਆ ਜੀ, ਉਹਦਾ ਕਰਕੇ ਬਹੁਤ ਅਜੇ ਤੱਕ ਕੋਈ ਇਲਾਜ ਨਹੀਂ ਉਹਦਾ ਮਿਲ ਰਿਹਾ ਜੀ, ਅਤੇ ਇਸ ਕਰਕੇ ਖਤਰਾ ਵੱਧ ਤੋਂ ਵੱਧ ਵਾਧਾ ਜਾ ਰਿਹਾ ਜੀ ਇਹਦਾ, ਅਤੇ ਇਸ ਕਰਕੇ ਉਹਦੀ ਰੋਕਥਾਮ ਲਈ ਹਰ ਇੱਕ ਪਿੰਡ 'ਚ, ਸਾਰੇ ਪਿੰਡਾਂ 'ਚ ਹੀ ਨਾਕਾਬੰਦੀ ਪਿੰਡ ਵਾਸੀਆਂ ਵੱਲੋਂ ਸਹਿਯੋਗ ਦਿੱਤਾ ਰਿਹਾ, ਪੁਲਿਸ ਦਾ ਸਹਿਯੋਗ ਦੇ ਰਿਹਾ ਜੀ, ਕੋਈ ਬਾਹਰੋਂ ਕੋਈ ਵੀ ਉਪਰਾ ਬੰਦਾ ਉਹਦਾ ਉਹਦੀ ਚੈੱਕ ਹੀ ਕਰ ਰਿਹਾ ਜੀ। ਸੋ ਇਹ ਸਨ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਕਿ ਤੁਹਾਨੂੰ ਦੱਸਦੇ ਆਪਣੀ ਡਿਊਟੀ 'ਤੇ ਜਾ ਰਹੇ ਸੀ,
वो इस तरह अपने पिंड इस तरह ही करन ताकि जड़ा एक दूसरे तो जड़ा वा वो करोना वार तो बचा जा सके क्योंकि करोना वार का खतरा बहुत फैल गया। पिंड पिंड नूं की संदेश दोगे कितना जागरूक हो? जागरूक तो यही है जी भी तुसी आपदे घर च बैठ के आपदे परिवार च बैठ के बिल्कुल जिस तरह मीडिया ते प्रशासन दे हितां दे मुताबक सानू चलना चाहिए। पहली गल तो जरूरत नहीं पिंडां च राशन जिहड़ा वा पिंड पिंड ही राशन की महाराज की कृपा वा पिंड दे पिंडां च दानी भी हैगे सारे तरह के बंदे हैगे कोई जान बुझ के घरों निकलता तो वह बेवकूफी है जी। जिथे रिश्तेदारी का मसला वो रिश्तेदारों नूं पता वा कि अज किसी दे कोल जाण दी ते लोड़ नहीं फोन राही जे किसी का हाल चाल पुछना विदेशां देशां च वी पुछ लैने। बाकी मीडिया का पुलिस का अहीं बहुत धन्नवाद करते हैं प्रशासन का जिन्होंने बहुत वड्डा संजोग पिंड पिंड जाके देखो निकलना घरों बड़ा औखा वा ते किसी ताई पहुँचना खास करके पत्रकारां दा मीडिया दा अहीं बहुत धन्नवाद करते हैं। सो ये सन पहला पिंड देखने को मिला जो कहिंदा कि राशन सब दे घर हैगा है सब कोल पिया वा सिर्फ इहो ही अपने घरां विच ही रहन बाहर ना निकलन बाहर निकलदे ने तां खतरा फैलेगा। सो खतरे नूं नहीं फैल देना इस करके जड़ा वा वो इन्होंने इत्थे लॉकडाउन करके इत्थे नाकाबंदी जिहड़ी लगाई है ते इह पिंड दी इक बहुत वड्डी शलाघा है जिसने राशन की मंग नहीं की। वो कह रहे कि असी इतने बहुत सज्जन दानी सारे है एक दूजे न हाथ नाल हाथ मिला के कट्ठे रह के जड़ा वा कि वो अपना ख्याल पिंड का रखेंगे। सरकार को अपील यही है कि अगर देख सकता है तो देखे कि जिते राशन की जरूरत है उत्थे जरूर राशन पहुँचाया जाए जिते नहीं उत्थे भी अगर पुलिस का सहयोग आ पूर्ण पिंड मिलना चाहिए है। हुण देखना होएगा कि जोड़े लोग दूसरे पिंड वाले जिन्होंने हजे तक नाकाबंदी नहीं की तो वह भी ध्यान देख लैन कि अपनी पिंड जड़ा नाकाबंदी कर लैन। कैमरामैन परसन वीके भार्गव दे नाल रिपोर्टर विजय कुमार ग्लोबल पंजाब टीवी विधानसभा हलका पट्टी। हुण तुसी देख सकदे हो ग्लोबल पंजाब टीवी नूं डाउनलोड करो साडी ऐप एंड्रॉइड जां आईओएस ते फ्री विच रोकू अते अमेज़न फायर टीवी ते जां एप्पल टीवी ते नाल ही देख सकदे हो लाइव स्ट्रीमिंग www.globalpunjabtv.com ते।